ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਡ ਵਾਸੀਓ, ਮੈਂ ਭਾਈ ਲੱਖਾ ਸਿੰਘ ਸਿਧਾਣਾ ਬੋਲਦਾ। ਸੋਢੇ ਨਗਰ ਦੇ ਗੁਰੂ ਘਰ ਚ ਆਏ ਆ। ਮੇਰੀ ਗੱਲ ਨੂੰ ਧਿਆਨ ਦੇ ਨਾਲ ਸੁਣਨਾ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੇ ਇਲਾਕੇ ਦਾ ਨੌਜਵਾਨ ਭਾਨਾ ਸਿੰਘ ਸਿੱਧੂ, ਜਿਹੜਾ ਹਮੇਸ਼ਾ ਹੀ ਪੰਜਾਬ ਦੀ ਗੱਲ ਕਰਦਾ, ਜਿੱਥੇ ਕਿਤੇ ਵੀ ਧੱਕਾ ਹੁੰਦਾ ਆਪਣੇ ਲੋਕਾਂ ਦੇ ਨਾਲ ਖੜਦਾ, ਚਾਹੇ ਉਹ ਟੋਲ ਪਲਾਜ਼ਾ ਤੇ ਹੋਵੇ, ਹੋ ਰਹੀ ਲੋਕਾਂ ਦੀ ਲੁੱਟ ਉਹਦੇ ਖਿਲਾਫ, ਚਾਹੇ ਕਿਸਾਨੀ ਮੋਰਚੇ ਹੋਣ, ਚਾਹੇ ਕਿਸੇ ਗਰੀਬ ਮਜ਼ਦੂਰ ਨਾਲ ਧੱਕਾ ਹੁੰਦਾ ਹੋਵੇ, ਤੇ ਚਾਹੇ ਹੁਣ ਭਾਈ ਜਿਹੜੇ ਠੱਗਾਂ ਦਾ ਟੋਲਾ ਜਿਹੜਾ ਮਾਫੀਆ ਬਣਿਆ ਹੋਇਆ ਪੰਜਾਬ ਦੇ ਵਿੱਚ, ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਅਰਬਾਂ ਰੁਪਈਆ ਦੱਬਿਆ ਹੋਇਆ, ਉਹ ਏਜੰਟ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਵਿਕਾ ਕੇ ਗਹਿਣੇ ਬੈ ਧਰਾ ਕੇ, ਉਹ ਕਿਸ ਤਰੀਕੇ ਨਾਲ ਅੱਜ ਵੀ ਖੁੱਲ੍ਹੇਆਮ ਫਿਰਦੇ ਆ, ਕਿਉਂਕਿ ਇਹਨਾਂ ਸਰਕਾਰਾਂ ਦੀ ਸਰਪ੍ਰਸਤੀ ਹੈ ਜਿਹੜੀ, ਹਮਾਇਤ ਆ ਜਿਹੜੀ, ਉਹਨਾਂ ਠੱਗਾਂ ਦੇ ਨਾਲ ਹੈ, ਉਹਨਾਂ ਚੋਰਾਂ ਦੇ ਨਾਲ ਹੈ। ਇਸੇ ਕਰਕੇ ਭਾਈ ਭਾਨਾ ਸਿੰਘ ਸਿੱਧੂ ਰੜਕਿਆ। ਤੁਸੀਂ ਦੇਖਿਆ ਉਸ ਨੌਜਵਾਨ ਨੇ 1,60,00,000 ਰੁਪਇਆ, ਕਿਹਦਾ 10 ਲੱਖ, ਕਿਹਦਾ 20 ਲੱਖ, ਕਿਹਦਾ 30 ਲੱਖ ਵਾਪਸ ਕਰਾਇਆ ਇਹਨਾਂ ਠੱਗਾਂ ਤੋਂ। ਜਿਹੜੇ ਕੰਮ ਸਰਕਾਰਾਂ ਦੇ ਆ ਉਹ ਕੰਮ ਉਹ ਨੌਜਵਾਨ ਕਰ ਰਿਹਾ ਸੀ। ਇਸੇ ਕਰਕੇ ਇਹਨਾਂ ਬੁੱਚੜਾਂ ਤੋਂ ਬਰਦਾਸ਼ਤ ਨਹੀਂ ਹੋਇਆ। ਆਪਾਂ ਸੁਣਦੇ ਰਹੇ ਹਾਂ 80-90 ਦਾ ਦੌਰ, ਵੀ ਕਿਵੇਂ ਸਾਡੇ ਨੌਜਵਾਨ ਮੁੰਡੇ ਥਾਣਿਆਂ 'ਚ ਲਿਜਾ ਕੇ, CI ਸਟਾਫਾਂ 'ਚ ਲਿਜਾ ਕੇ ਉਹਨਾਂ ਨਾਲ ਕੀ ਤਸ਼ੱਦਦ ਹੁੰਦਾ ਰਿਹਾ, ਕਿਵੇਂ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਰਿਹਾ। ਸੋ ਭਾਨੇ ਨਾਲ ਵੀ ਇਹੀ ਹੋਇਆ, ਉਹਨੂੰ CI ਸਟਾਫ ਲੁਧਿਆਣੇ ਲਿਜਾਇਆ ਗਿਆ, ਪਰਚਾ ਪਾਇਆ ਗਿਆ ਵੀ 10,000 ਰੁਪਇਆ ਭਾਨਾ ਕਿਸੇ ਤੋਂ ਫਰੋਤੀ ਮੰਗਦਾ ਸੀ। ਰਾਤ ਨੂੰ ਅਲਫ ਦੰਗਾ ਕਰਕੇ, ਉਹਦੀ ਕੁੱਟਮਾਰ ਕਰਕੇ, ਤੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਹੈ ਕਿ ਮੈਨੂੰ ਇਹਦੀ ਵੀਡੀਓ ਬਣਾ ਕੇ ਭੇਜੋ। ਇਹ ਕਿਰਦਾਰ ਆ ਭਾਈ ਤੁਹਾਡੇ ਚਹੇਤੇ ਮੁੱਖ ਮੰਤਰੀ ਦਾ, ਜਿਹੜਾ ਬੜੇ ਚਾਵਾਂ ਦੇ ਨਾਲ, ਬੜੀਆਂ ਉਮੀਦਾਂ ਦੇ ਨਾਲ ਤੁਸੀਂ ਲੋਕਾਂ ਨੇ ਚੁਣਿਆ ਸੀ ਕਿ ਕੋਈ ਬਦਲਾਅ ਆਊਗਾ ਪੰਜਾਬ, ਜਿਹੜੀਆਂ ਗੱਲਾਂ ਤੋਂ ਪੀੜਤ ਸੀ, ਝੂਠੇ ਮੁਕੱਦਮੇ, ਬਦਲਾਖੋਰੀ ਦੀ ਰਾਜਨੀਤੀ, ਨਸ਼ਿਆਂ ਦੀ ਮਾਰ ਦੇ ਵਿੱਚ ਬੇਰੁਜ਼ਗਾਰੀ, ਮਰ ਰਹੀ ਕਿਸਾਨੀ, ਮਰ ਰਹੀ ਮਜ਼ਦੂਰੀ, ਤੁਹਾਡੇ ਲੋਕਾਂ ਨੂੰ ਉਮੀਦ ਸੀ ਕਿ ਇਹ ਬੰਦਾ ਪੰਜਾਬ ਦੀ ਜਿਹੜੀ ਗੱਡੀ ਆ ਉਹ ਲੀਹ ਤੇ ਚਾੜ ਦੇਊਗਾ। ਪਰ ਭਰਾਵੋ, ਇਹਨੇ
ਬੁੱਚੜਕਣੇ ਦੀ ਹੱਦ ਕਰਤੀ ਆ। ਆ 26 ਤਰੀਕ ਨੂੰ ਸੁਣਿਆ ਹੋਣਾ ਤੁਸੀਂ ਸਾਰਿਆਂ ਨੇ, 26 ਤਰੀਕ ਨੂੰ ਲੁਧਿਆਣੇ ਛੱਲਾ ਗਾ ਰਿਹਾ ਸੀ। ਛੱਲਾ ਛੱਲਾ ਇੱਕ ਲੋਕ ਗਾਥਾ ਪੰਜਾਬ ਦੀ, ਉਹ ਗਾ ਰਿਹਾ ਸੀ ਮੁੱਖ ਮੰਤਰੀ। ਪਰ ਅਸੀਂ ਇਹ ਬੁੱਢੇ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜਿਹੜੇ ਪੰਜਾਬ ਦੇ ਛੱਲੇ, ਜਿਹੜੇ ਪੰਜਾਬ ਦੇ ਨੌਜਵਾਨ ਮਾਵਾਂ ਦੇ ਪੁੱਤ ਭੈਣਾਂ ਦੇ ਭਰਾ ਤੂੰ ਜੇਲ੍ਹਾਂ ਦੇ ਵਿੱਚ ਬੰਦ ਕਰ ਰਿਹਾ, ਤੂੰ ਉਹਨਾਂ ਨੂੰ ਮਰਵਾ ਰਿਹਾ ਸਿੱਧੂ ਮੂਸੇ ਵਾਲਾ। ਤੁਹਾਡੇ ਸਾਹਮਣੇ ਇੱਕ ਆਧਾਰ ਮੈਂ ਪੰਜਾਬ ਦੇ ਅੰਦਰ ਕਿ ਜੇ ਇਹਨਾਂ ਬੁੱਚੜਾਂ ਨੇ ਉਹਦੀ ਸਿਕਿਉਰਿਟੀ ਵਾਪਸ ਲਈ ਤਾਂ ਸਟੇਟ ਨੇ ਦਾ ਕਤਲ ਕਰਾਇਆ ਆਰਮੀ ਲੱਗੇ ਇਹਨਾਂ ਨੇ। ਸੋ ਭਰਾਵੋ ਸਾਡੇ ਕਿੰਨੇ ਨੌਜਵਾਨ ਚੱਕ ਕੇ ਜੇਲ੍ਹਾਂ ਚ ਬੰਦ ਕਰਤੇ, UAPA NSA ਲਾ ਕੇ, ਤੇ ਕਿੰਨੇ ਨੌਜਵਾਨਾਂ ਨੂੰ ਉਹਨੇ ਬੰਦ ਕਰਨ ਨੂੰ ਫਿਰਦਾ ਹੈ। ਉਹਦੇ ਲਈ ਭਾਨਾ ਸਿੱਧੂ ਦੀ ਇੱਕ ਹੈ, ਮੇਰੇ ਤੇ ਵੀ ਇਹਨੇ ਹਰੀ ਕੇ ਪੱਤਰ ਥਾਣੇ ਚ ਤਰਨ ਤਾਰਨ ਜ਼ਿਲ੍ਹੇ ਚ ਪਰਚਾ ਦਿੱਤਾ ਸੀ ਚਿੱਟੇ ਦਾ ਕਿ ਲੱਖਾਂ ਚਿੱਟਾ ਵੇਚਦਾ। ਜਿਹੜਾ ਬੰਦਾ ਲਗਾਤਾਰ 10 ਸਾਲ ਤੋਂ ਪੰਜਾਬ ਦੇ ਲਈ, ਬੋਲੀ ਲਈ, ਇਤਿਹਾਸ ਲਈ, ਵਿਰਸੇ ਲਈ, ਪਾਣੀਆਂ ਲਈ ਨਸ਼ਿਆਂ ਦੇ ਖਿਲਾਫ ਲੜਾਈ ਲੜ ਰਿਹਾ, ਉਹਤੇ ਮੁਕੱਦਮਾ ਵੀ ਦਰਜ ਕੀਤਾ ਕਿ ਲੱਖਾਂ ਚਿੱਟਾ ਵੇਚਦਾ। ਧੰਨਵਾਦ ਪੰਜਾਬ ਦੇ ਲੋਕਾਂ ਦਾ ਕਿ ਮਹਾਰਾਜ ਵੱਡਾ ਇਕੱਠ ਹੋਇਆ, ਇਹਨਾਂ ਨੂੰ ਪਿੱਛੇ ਹਟਣਾ ਪਿਆਦਾ ਹੋ। ਜਿੱਥੇ ਲੋਕ ਇਕੱਠੇ ਹੁੰਦੇ ਆ, ਲੋਕ ਤਾਕਤ ਬਣ ਜਾਂਦੀ ਹੈ, ਲੋਕਾਂ ਦਾ ਇੱਕਾ ਹੁੰਦਾ, ਉੱਥੇ ਵੱਡੀਆਂ ਵੱਡੀਆਂ ਹਕੂਮਤਾਂ ਢਹਿ ਢੇਰੀ ਹੋ ਜਾਂਦੀਆਂ ਨੇ। ਪਰ ਪੰਜਾਬ ਦੇ ਲੋਕੋ, ਜੇ ਅੱਜ ਵੀ ਸੋਚੀ ਗਏ ਸੀ ਕੀ ਲੈਣਾ, ਸਾਨੂੰ ਕੀ ਹੈ, ਘਰਾਂ ਦੇ ਕੁੰਡੇ ਲਾ ਕੇ ਦਰਵਾਜ਼ੇ ਲਾ ਕੇ ਬੈਠੇ ਰਹੇ, ਸਾਨੂੰ ਲੱਗਦਾ ਸੀ ਅਸੀਂ ਬਚ ਜਾਂਗੇ, ਤਾਂ ਸਮਾਂ ਭਾਵੋ ਬਹੁਤ ਜਾਣੇ ਵਾਲਾ ਆਉਣ ਵਾਲਾ। ਇਕੱਠੇ ਹੋ ਜਾਓ, ਜਥੇਬੰਦਕ ਰੂਪ ਇਕੱਠੇ ਹੋ ਜਾਓ, ਜੁੜ ਜਾਓ ਆਪਣੇ ਭਰਾਵਾਂ ਦੇ ਨਾਲ, ਆਪਣੇ ਪਿੰਡਾਂ ਦੇ ਵਿੱਚ ਖੜਿਆ ਕਰੋ। ਕੋਈ ਵੀ ਗੱਲ ਪੰਜਾਬ ਦੀ ਕਰਦਾ, ਹਰ ਹੱਕਾਂ ਦੀ ਗੱਲ ਕਰਦਾ, ਇਨਸਾਫ ਦੀ ਗੱਲ ਕਰਦਾ, ਉਹਦਾ ਸਾਥ ਦਿਆ ਕਰੋ ਬਾਈ। ਵੀ ਮਗਰੋਂ ਜਦੋਂ ਕੋਈ ਨੌਜਵਾਨ ਸਾਡਾ ਮਰਵਾ ਦਿੰਦੇ ਹੈ ਜਾਂ ਜੇਲ੍ਹ ਚ ਬੰਦ ਕਰਾ ਦਿੰਦੇ ਹੈ, ਅਸੀਂ ਵਾਪਸੀਆਂ ਬਣਾਉਣ ਜੋਗੇ ਰਹਿ ਜਾਂਦੇ ਹਾਂ, ਅਸੀਂ ਫਿਰ ਭੋਗਾਂ ਦੇ ਕੱਟ ਕਰਨ ਜੋਗੇ ਰਹਿ ਜਾਂਦੇ ਹੈ, ਮੜੀਆਂ ਦੇ ਮੇਲੇ ਲਾਉਣ ਜੋਗੇ ਰਹਿ ਜਾਂਦੇ ਹਾਂ। ਭਰਾਵੋ ਜਿਉਂਦੇ ਜੀ ਬੰਦੇ ਦੀ ਗੱਲ ਸੁਣਿਆ ਕਰੋ, ਬੰਦੇ ਨਾਲ ਖੜਿਆ ਕਰੋ। ਸਵਾਓ 29 ਤਰੀਕ ਨੂੰ ਪਿੰਡ ਕੋਟ ਨੇ ਵੱਡਾ ਕੱਟ ਰੱਖਿਆ ਗਿਆ, ਅਸੀਂ ਤੁਹਾਡੇ ਪਿੰਡ ਚਹਾਨ ਕੇ ਕਲਾਂ ਪਹੁੰਚੇ ਹਾਂ। ਸੋ ਚਹਾਨ ਕੇ ਕਲਾਂ ਵਾਲਿਓ, ਉਸ ਦਿਨ ਘਰ ਘਰ ਦਾ ਬੰਦਾ ਮਾਵਾਂ ਭੈਣਾਂ ਨੂੰ ਬੇਨਤੀ ਹੈ, ਨੌਜਵਾਨ ਬਜ਼ੁਰਗ ਸਾਰੇ, ਤੁਸੀਂ ਆਪਣੇ ਸਾਧਨ ਲੈ ਕੇ, ਟਰਾਲੀਆਂ ਟਰੈਕਟਰ ਲੈ ਕੇ, ਗੱਡੀਆਂ ਲੈ ਕੇ ਕੋਰਟ ਨੂੰ ਦੇ ਪਹੁੰਚਣਾ ਭਾਈ, ਤਾਂ ਕਿ ਆਪਾਂ ਇਹ ਜ਼ਬਰ ਦੇ ਖਿਲਾਫ, ਇਹ ਜ਼ੁਲਮ ਦੇ ਖਿਲਾਫ ਜਿਹੜਾ ਹੈ ਇੱਡਾ ਹੰਕਾਰਿਆ ਮੁੱਖ ਮੰਤਰੀ ਹੈ ਕਿ ਤਾਨਾਸ਼ਾਹ ਬਣ ਚੁੱਕਿਆ, ਇਹਨੂੰ ਲੱਗਦਾ ਕਿ ਮੈਂ ਸਦਾ ਹੀ ਰਹੂੰਗਾ। ਪਰ ਇਹ ਨਹੀਂ ਜਾਣਦਾ ਕਿ ਜਦੋਂ ਕੋਈ ਹੰਕਾਰ ਜਾਂਦਾ, ਹੰਕਾਰ ਨੂੰ ਮਾਰ ਪੈਂਦੀ ਹੈ। ਇਹ ਕੁਦਰਤ ਦਾ ਨਿਜ਼ਾਮ ਹੈ, ਇਹ
ਜੋ ਵਾਹਿਗੁਰੂ ਪਰਮਾਤਮਾ ਦੀ ਰਜਾ ਹੈ, ਹੰਕਾਰਿਆ ਸੋ ਮਾਰਿਆ। ਇਹ ਪਰਮਾਤਮਾ ਜਦੋਂ ਕੋਈ ਜਾਦੇ ਹੱਥ ਚੱਕ ਲੈਂਦਾ ਹੈ ਤਾਂ ਅੰਤ ਨਹੀਂ ਕਰਦਾ। ਸੋ ਅੱਗੇ ਬੜੇ ਵੱਡੇ ਬਹੁਮਤ ਦੇ ਨਾਲ ਤੁਸੀਂ ਇਹਨੂੰ ਮੁੱਖ ਮੰਤਰੀ ਬਣਾਇਆ ਤੇ ਹੁਣ ਤੁਸੀਂ ਲੋਕ ਹੈ ਜਿਹੜੇ ਇਹਨਾਂ ਨੂੰ ਘੇਰ ਕੇ ਸਵਾਲ ਪੁੱਛਿਓ ਕਿ ਤੁਹਾਨੂੰ ਇਸ ਕਰਕੇ ਮੁੱਖ ਮੰਤਰੀ ਬਣਾਇਆ, MLA ਬਣਾਇਆ ਕਿ ਤੁਸੀਂ ਸਾਡੀ ਦੀਵਾਨੀ ਦਾ ਸ਼ਿਕਾਰ ਕਰਨਾ ਸ਼ੁਰੂ ਕਰ ਦਿਓ। ਵੋਟਾਂ ਮੰਗਣ ਸ਼ੁਰੂ ਹੋ ਜਾਣਾ 24 ਵਾਲੀਆਂ 21 ਵਾਲੀਆਂ ਵੋਟਾਂ, ਉਦੋਂ ਸਵਾਲ ਕਰਿਓ, ਉਦੋਂ ਨਾ ਨਿੱਜੀ ਕੰਮਾਂ ਪਿੱਛੇ ਤੁਰਿਆ ਫਿਰਿਆ ਕਰੋ। ਤੇ ਨਹੀਂ ਯਾਦ ਰੱਖੋ, ਕੋਈ ਵੀ ਧਾਰਨੀ ਖੜਨ ਲੜਨ ਵਾਲਾ ਬੋਲਣ ਵਾਲਾ ਖੜਨ ਵਾਲਾ ਇਹਨਾਂ ਨੇ ਜਵਾਨੀ ਖਾ ਛੱਡੋ। ਸਵਾਲ ਮੰਤਰੀ ਨੂੰ ਪਿੰਡ ਗੋਲਡ ਦਿੰਦੇ ਵੱਧ ਤੋਂ ਵੱਧ ਵੱਡੀ ਗਿਣਤੀ ਜੋਗਾਂ ਨੂੰ ਅੱਗੇ ਪਹੁੰਚਾ ਦਿਓ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Subscribe to One India Channel and never miss an update.